ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ GPS ਮਾਨੀ ਖੇੜਾ ਤੇ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਵੀਂ ਸ਼੍ਰੇਣੀ ਦੇ ਗਣਿਤ ਵਿਸ਼ੇ ਦੇ ਪਹਿਲੇ ਚੈਪਟਰ ਦੇ ਛੇਵੇਂ ਭਾਗ ਦੀ ਜਿਸ ਵਿੱਚ ਆਪਣਾ ਟੌਪਿਕ ਰਹੇਗਾ ਨਿਕਟਿਕਰਨ ਰਾਊਂਡਿੰਗ ਆਫ ਨੰਬਰਸ ਤਾਂ ਨਿਕਟਿਕਰਨ ਦਾ ਜੇਕਰ ਆਪਾਂ ਗਣਿਤ ਦੇ ਵਿੱਚ ਦੇਖੀਏ ਤਾਂ ਕੀ ਮਤਲਬ ਹੈ ਨੇੜੇ ਦੀ ਸੰਖਿਆ ਤਾਂ ਇਸ ਨੂੰ ਆਪਾਂ ਇੱਕ ਐਗਜ਼ਾਮਪਲ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਦੇਖੋ ਧਿਆਨ ਨਾਲ ਇੱਕ ਮੈਂ ਲਾਈਨ ਡਰਾ ਕੀਤੀ ਹੋਈ ਹੈ ਇਸ ਲਾਈਨ ਨੂੰ ਮੈਂ 10 ਭਾਗਾਂ 'ਚ ਵੰਡਿਆ ਹੈ ਤਾਂ 10 ਅਡੋ ਅਡ ਭਾਗ ਜਾਂਦੇ ਤਾਂ ਜੇਕਰ ਮੈਂ ਇੱਥੇ ਇੱਕ ਸੰਖਿਆ ਲੈਣਾ 10 ਤੇ ਇੱਥੇ ਲੈਣਾ ਹਾਂ 20 ਤਾਂ ਇਹਨਾਂ ਦੇ ਬਿਲਕੁਲ ਅੱਧ ਦੇ ਵਿੱਚ ਕੀ ਹੋਊਗਾ 15 ਤਾਂ ਮੈਂ 15 ਨੂੰ ਇੱਥੇ ਲਿਖ ਲੈਣਾ ਤਾਂ ਇਹਦੇ ਬਿਲਕੁਲ ਅੱਧ ਦੇ ਵਿੱਚ ਕੀ ਹੋਊਗਾ 15 ਤਾਂ ਹੁਣ ਆਪਾਂ ਦੇਖਦੇ ਹਾਂ ਇਹ ਆਪਣੇ ਕੋਲ ਇੱਕ ਨੰਬਰ ਲਾਈਨ ਬਣ ਗਈ 10 10 ਤੋਂ ਬਾਅਦ 11 12 13 14 15 16 17 18 19 ਤੇ ਇੱਥੇ 20 ਆ ਗਿਆ ਤਾਂ ਜੇਕਰ ਮੈਂ ਕਹਾ ਕਿ essas 칸ਤੇ ਕਿਹੜੀ ਸੰਖਿਆ ਹੈ ਤਾਂ 15 16 17 ਤਾਂ ਜੇਕਰ ਆਪਾਂ 17 ਬਾਰੇ ਗੱਲ ਕਰੀਏ ਕਿ ਮੈਂ ਤੁਹਾਡੇ ਤੋਂ ਕੁਐਸਚਨ ਪੁੱਛਾਂ ਕਿ 17 ਕਿਸ ਦੇ ਨਜ਼ਦੀਕ ਹੈ ਤਾਂ ਤੁਸੀਂ ਕਹੋਗੇ ਬੜੀ ਆਸਾਨੀ ਨਾਲ ਤੁਸੀਂ ਜਵਾਬ ਦਿਓਗੇ ਕਿ 17 ਜਿਹੜਾ ਹੈ ਉਹ 10 ਦੇ ਨਜ਼ਦੀਕ ਹੈ ਜਾਂ ਵੀ ਦੇ ਨਜ਼ਦੀਕ ਹੈ ਤੁਸੀਂ ਕਹੋਗੇ 20 ਦੇ ਨਜ਼ਦੀਕ ਹੈ ਤਾਂ 17 ਕਿਹਦੇ ਨਜ਼ਦੀਕ ਹੈ 20 ਦੇ ਨਜ਼ਦੀਕ ਹੈ ਇੱਕ ਆਪਾਂ ਹੋਰ ਐਗਜ਼ਾਮਪਲ ਦੇਖਦੇ ਹਾਂ ਜੇਕਰ ਮੈਂ ਕਹਾ ਕਿ ਇੱਥੇ ਵਾਲੀ ਜਿਹੜੀ ਸੰਖਿਆ ਹੈ ਆਹ ਵਾਲੀ ਸੰਖਿਆ ਕਿਹੜੀ ਹੈ 15 14 13 13 ਕਿਸ ਦੇ ਨਜ਼ਦੀਕ ਹੈ 13 10 ਦੇ ਨਜ਼ਦੀਕ ਹੈ ਜਾਂ 13 20 ਦੇ ਨਜ਼ਦੀਕ ਹੈ ਤਾਂ ਤੁਸੀਂ ਬੜੀ ਹੀ ਆਸਾਨੀ ਨਾਲ ਕਹੋਗੇ ਕਿ 13 ਜਿਹੜਾ ਹੈ ਉਹ 10 ਦੇ ਨੇੜੇ ਹੈ ਤਾਂ ਇਹ ਹੈ ਨਿਕਟਿਕਰਨ ਇਹ ਹੈ ਨਿਕਟ ਦੀਆਂ ਸੰਖਿਆਵਾਂ ਨੇੜੇ ਦੀਆਂ ਸੰਖਿਆਵਾਂ ਜੀ ਆਪਾਂ ਕਹਦੇ ਹਈਏ ਤਾਂ ਗਣਿਤ ਵਿੱਚ ਜਿਹੜੇ ਤੁਹਾਨੂੰ ਸਵਾਲ ਪੁੱਛੇ ਜਾਣਗੇ ਉਹ ਪੁੱਛੇ ਜਾਣਗੇ ਨਿਕਟਿਕਰਨ ਕਰਨ ਦੇ ਕਿਵੇਂ ਨਿਕਟੇ ਕਰਨ ਕਰਦੇ ਸਥਾਨਾਂ ਦਾ ਨਿਕਟੇ ਕਰਨ ਕਰਦੇ ਜਿਵੇਂ ਇੱਕ ਦਹਾਈ ਸੈਂਕੜਾ ਹਜ਼ਾਰ 10000 ਲੱਖ ਕਿਸੇ ਵੀ ਸਥਾਨ ਦਾ ਨਿਕਟੇ ਕਰਨ ਲਈ ਤੁਹਾਨੂੰ ਕਿਹਾ ਜਾ ਸਕਦਾ ਹੈ ਤਾਂ ਇਸ ਤਰ੍ਹਾਂ ਦੇ ਜਿਹੜੇ ਨਿਕਟੇ ਕਰਨ ਕਰਨ ਬਾਰੇ ਜਿਹੜੇ ਸਵਾਲ ਨੇ ਆਪਾਂ ਕੁਝ ਉਦਾਹਰਨਾਂ ਨਾਲ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਦੇਖੋ ਮੈਂ ਪਹਿਲੀ ਐਗਜ਼ਾਮਪਲ ਲੈ ਰਿਹਾ ਹਾਂ 4500 38 ਤਾਂ ਇਸ ਸੰਖਿਆ ਦੇ ਵਿੱਚ ਅਗਰ ਮੈਂ ਕਹਾ ਕਿ ਦਹਾਈ ਸਥਾਨ ਦਾ ਨਿਕਤੀਕਰਨ ਕਰੋ ਦਹਾਈ ਸਥਾਨ ਦਾ ਆਪਾਂ ਨਿਕਤੀਕਰਨ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਇਹ ਦੇਖਣਾ ਹੈ ਕਿ ਦਹਾਈ ਸਥਾਨ ਤੇ ਕਿਹੜੀ ਸੰਖਿਆ ਹੈ ਤਾਂ ਦਹਾਈ ਸਥਾਨ ਤੇ ਕੌਣ ਹੈ ਇਕਾਈ ਦਹਾਈ ਦਹਾਈ ਦੇ ਉੱਤੇ ਤਿੰਨ ਹੈ ਅੰਕ ਕਿਹੜਾ ਹੈ ਤਿੰਨ ਤਾਂ ਜਿਸ ਵੀ ਸਥਾਨ ਦਾ ਤੁਸੀਂ ਨਿਕਤੀਕਰਨ ਕਰਨਾ ਹੈ ਤੁਸੀਂ ਉਸ ਤੋਂ ਪਿੱਛੇ ਵਾਲੇ ਸਥਾਨ ਨੂੰ ਦੇਖਣਾ ਹੈ ਜੇਕਰ ਪਿੱਛੇ ਵਾਲਾ ਸਥਾਨ 5 ਜਾਂ 5 ਤੋਂ ਵੱਡਾ ਹੈ 5 ਜਾਂ 5 ਤੋਂ ਵੱਡਾ ਹੈ ਤਾਂ ਤੁਸੀਂ ਨਿਕਟਿਕਰਨ ਕਰਨ ਲੱਗਾ ਕੀ ਕਰੋਗੇ ਦੇਖੋ ਇਹਨਾਂ ਨੂੰ ਉਵੇਂ ਹੀ ਲਿਖਣਾ ਹੈ ਇਹਨਾਂ ਇਧਰ ਵਾਲੀਆਂ ਸੰਖਿਆਵਾਂ ਨੂੰ ਉਸੇ ਤਰ੍ਹਾਂ ਹੀ ਲਿਖਣਾ ਹੈ ਜਿਸ ਸੰਖਿਆ ਦਾ ਤੁਸੀਂ ਜਿਸ ਅੰਕ ਦਾ ਤੁਸੀਂ ਜਿਸ ਸਥਾਨ ਦਾ ਤੁਸੀਂ ਨਿਕਟਿਕਰਨ ਕਰਨ ਜਾ ਰਹੇ ਹੋ ਜੇਕਰ ਉਸ ਤੋਂ ਅੱਗੇ ਵਾਲਾ ਉਸ ਤੋਂ ਸੋਰੀ ਪਿੱਛੇ ਵਾਲਾ ਜਿਹੜਾ ਅੰਕ ਹੈ ਉਹ 5 ਜਾਂ 5 ਤੋਂ ਵੱਡਾ ਹੈ ਤਾਂ ਤੁਸੀਂ ਜਿਸ ਸਥਾਨ ਦਾ ਵੀ ਨਿਕਟਿਕਰਨ ਕਰਨਾ ਹੈ ਉਸ ਸਥਾਨ ਦੇ ਵਿੱਚ ਇੱਕ ਜੋੜ ਦੋਗੇ ਉਸ ਥਾਂ ਨੂੰ ਇੱਕ ਵਧਾ ਦੇਉਗੇ ਤਾਂ ਤਿੰਨ ਦੇ ਵਿੱਚ ਆਪਾਂ ਜੇਕਰ ਇੱਕ ਜੋੜ ਦਈਏ ਤਾਂ ਕਿੰਨਾ ਪ੍ਰਾਪਤ ਹੋਏਗਾ ਆਪਾਂ ਨੂੰ 4 ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜਿਸ ਸਥਾਨ ਦਾ ਤੁਸੀਂ ਨਿਕਟੇ ਕਰਨ ਕੀਤਾ ਹੈ ਉਸ ਤੋਂ ਬਾਅਦ ਵਾਲੇ ਜਿੰਨੇ ਵੀ ਇੱਥੇ ਅੰਕ ਰਹਿ ਜਾਣਗੇ ਉਹਨਾਂ ਦੇ ਸਥਾਨ ਤੇ ਤੁਸੀਂ ਕੀ ਭਰਨਾ ਹੈ ਜ਼ੀਰੋ ਤਾਂ 4538 ਦੇ ਵਿੱਚ ਜਦੋਂ ਆਪਾਂ ਦਹਾਈ ਦਾ ਨਿਕਟੇ ਕਰਨ ਕੀਤਾ ਤਾਂ ਆਪਣੇ ਕੋਲੇ ਉੱਤਰ ਕੀ ਆਇਆ 4540 अच्छा ऐसे ही संख्या ਦੇ ਵਿੱਚ ਆਪਾਂ ਜਦੋਂ ਸੈਂਕੜੇ ਦਾ ਨਿਕਟਿਕਰਨ ਕਰਾਂਗੇ ਤਾਂ ਤੁਹਾਨੂੰ ਕੁਸਚਨ ਜਿਹੜਾ ਹੈ ਹੋਰ ਵਧੀਆ ਤਰੀਕੇ ਨਾਲ ਕਲੀਅਰ ਹੋ ਜਾਏਗਾ ਦੇਖੋ ਕਿਵੇਂ ਆਪਣੀ ਸੰਖਿਆ ਸੀ 4538 ਇਸ ਦੇ ਵਿੱਚ ਆਪਾਂ ਜੇਕਰ ਸੈਂਕੜੇ ਸਥਾਨ ਦਾ ਨਿਕਟਿਕਰਨ ਕਰੀਏ ਸੈਂਕੜਾ ਤਾਂ ਸੈਂਕੜੇ ਸਥਾਨ ਦੇ ਉੱਤੇ ਪਹਿਲਾਂ ਆਪਾਂ ਦੇਖਾਂਗੇ ਕਿ ਕੌਣ ਹੈ ਸੈਂਕੜੇ ਸਥਾਨ ਤੇ ਇਕਾਈ ਦਹਾਈ ਸੈਂਕੜਾ ਸੈਂਕੜੇ ਦੇ ਉੱਤੇ ਹੈ 5 ਤਾਂ ਸੈਕਿੰਡ ਸਥਾਨ ਦਾ ਨਿਕਟੇਕਰਨ ਕਰਨਾ ਹੈ ਆਪਾਂ ਤਾਂ ਆਪਾਂ ਕਿਹੜਾ ਸਥਾਨ ਦੇਖਾਂਗੇ ਆਪਾਂ ਸੈਕਿੰਡੇ ਤੋਂ ਪਿੱਛੇ ਵਾਲਾ ਸਥਾਨ ਦਹਾਈ ਵਾਲਾ ਸਥਾਨ ਦੇਖਾਂਗੇ ਕਿ ਉੱਥੇ ਕਿਹੜਾ ਅੰਕ ਹੈ ਤਾਂ ਉੱਥੇ ਦੇਖੋ ਕਿਹੜਾ ਅੰਕ ਹੈ ਜੇਕਰ ਉੱਥੇ 5 ਜਾਂ 5 ਤੋਂ ਵੱਡਾ ਅੰਕ ਹੈ ਤਾਂ ਆਪਾਂ ਇਸ ਦੇ ਵਿੱਚ ਇੱਕ ਜੋੜ ਦਾਂਗੇ ਜੇਕਰ 5 ਤੋਂ ਛੋਟਾ ਅੰਕ ਹੈ ਤਾਂ ਆਪਾਂ ਕੀ ਕਰਾਂਗੇ ਐਸ ਅੰਕ ਨੂੰ ਐਵੇਂ ਹੀ ਰਹਿਣ ਦੇਾਂਗੇ ਜਿਵੇਂ ਦੇਖੋ ਕਿਵੇਂ ਲਿਖਾਂਗੇ ਇਹਨੂੰ ਆਪਾਂ 4000 ਤਾਂ ਇੱਥੇ ਆਪਾਂ ਕੀ ਕਰਾਂਗੇ 5 ਦੇ ਵਿੱਚ 1 ਨਹੀਂ ਜੋੜਾਂਗੇ 5 ਨੂੰ 5 ਹੀ ਲਿਖਾਂਗੇ ਤੇ 5 ਤੋਂ ਜਿਹੜੇ ਬਾਅਦ ਵਾਲੇ ਜਿਸ ਸਥਾਨ ਦਾ ਤੁਸੀਂ ਨਿਕਟੇ ਕਰਨ ਜਾ ਰਹੇ ਹੋ ਉਸ ਤੋਂ ਜਿਹੜੇ ਬਾਅਦ ਵਾਲੇ ਸਥਾਨ ਹੈ ਉਹ ਤੁਸੀਂ ਜ਼ੀਰੋ ਲਗਾ ਕੇ ਫਿਲ ਕਰ ਦੋਗੇ ਤਾਂ 3 ਦੀ ਥਾਂ ਤੇ ਵੀ ਜ਼ੀਰੋ 8 ਦੀ ਥਾਂ ਤੇ ਵੀ ਜ਼ੀਰੋ ਤਾਂ 5 ਵਿੱਚ 1 ਕਿਉਂ ਨਹੀਂ ਜੋੜਿਆ ਗਿਆ ਕਿਉਂਕਿ 5 ਤੋਂ ਜਿਹੜਾ ਪਿੱਛੇ ਵਾਲਾ ਜਿਹੜਾ ਅੰਕ ਸੀ ਉਸੀ 3 35 ਤੋਂ ਛੋਟਾ ਹੈ ਇਸ ਲਈ ਆਪਾਂ 5 ਨੂੰ 5 ਹੀ ਰਹਿਣ ਦਿੱਤਾ ਤਾਂ 4538 ਦਾ ਜਿਹੜਾ ਸੈਂਕੜੇ ਦੇ ਵਿੱਚ ਨਿਕਟੀ ਕਰਨ ਸੀ ਉਹ ਆਇਆ 4500 ਹੋਰ ਆਪਾਂ ਉਦਾਹਰਨਾਂ ਲੈਣ ਦੀ ਲੈ ਕੇ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਦੇਖੋ ਆਪਾਂ ਇੱਕ ਉਦਾਹਰਨ ਲੈਂਦੇ ਹਾਂ 5 ਸੌਰੀ 59000 325 ਐਸ ਉਦਾਹਰਣ ਨੂੰ ਦੇਖੋ ਇਹਦੇ ਵਿੱਚ ਜੇਕਰ ਆਪਾਂ ਹਜ਼ਾਰ ਸਥਾਨ ਦਾ ਨਿਗਟਿਕरण ਕਰਨਾ ਹੋਵੇ ਤਾਂ ਕਿਵੇਂ ਕਰਾਂਗੇ ਹਜ਼ਾਰ ਸਥਾਨ ਦਾ ਤਾਂ ਹਜ਼ਾਰ ਸਥਾਨ ਤੇ ਕੌਣ ਹੈ ਪਹਿਲਾਂ ਆਪਾਂ ਇਹ ਦੇਖਾਂਗੇ ਇਕਾਈ ਦਹਾਈ ਸੈਂਕੜਾ ਤੇ ਹਜ਼ਾਰ ਹਜ਼ਾਰ ਸਥਾਨ ਤੇ ਕੌਣ ਹੈ ਹਜ਼ਾਰ ਸਥਾਨ ਤੇ 9 ਹੈ ਤਾਂ ਆਪਾਂ ਕੀ ਕਰਨਾ ਹੈ ਐਸ 5 ਨੂੰ 5 ਹੀ ਰੱਖਣਾ ਹੈ ਉਸ ਤੋਂ ਬਾਅਦ ਆਪਾਂ ਹਜ਼ਾਰ ਸਥਾਨ ਦਾ ਨਿਗਟਿਕरण ਕਰਨਾ ਹੈ ਆਪਾਂ ਨੂੰ ਕਿਹੜਾ ਸਥਾਨ ਦੇਖਣਾ ਪੈਣਾ ਆਪਾਂ ਨੂੰ ਹਜ਼ਾਰ ਤੋਂ ਪਿਛਲਾ ਸਥਾਨ ਯਾਨੀ ਕਿ ਸੈਂਕੜੇ ਦਾ ਸਥਾਨ ਦੇਖਣਾ ਪੈਣਾ ਹੈ ਵੀ ਸੈਂਕੜੇ ਸਥਾਨ ਤੇ ਕਿਹੜਾ ਅੰਕ ਹੈ ਜੇ ਤਾਂ ਉਹ 5 ਤੋਂ ਵੱਡਾ ਹੈ ਜਾਂ 5 ਹੈ ਤਾਂ ਆਪਾਂ ਇਸ ਵਿੱਚ ਇੱਕ ਦਾ ਵਾਧਾ ਕਰਾਂਗੇ ਨਹੀਂ ਤਾਂ ਵਾਧਾ ਨਹੀਂ ਕਰਾਂਗੇ ਤਾਂ ਇੱਥੇ 3 ਹੈ ਜਿਹੜਾ ਕਿ 5 ਤੋਂ ਛੋਟਾ ਹੈ ਇਸ ਲਈ ਆਪਾਂ ਇਸ ਸਥਾਨ ਤੇ ਇੱਕ ਦਾ ਵਾਧਾ ਨਹੀਂ ਕਰਾਂਗੇ 9 ਦਾ 9 ਹੀ ਲੱਗੇਗਾ ਤੇ ਇਸ ਤੋਂ ਬਾਅਦ ਵਾਲੇ ਜਿਹੜੇ ਅੰਕ ਰਹਿਣਗੇ ਉਹ ਆਪਾਂ ਜ਼ੀਰੋ ਲਗਾ ਕੇ ਫਿਲ ਕਰ ਦਾਂਗੇ ਤਿੰਨ ਅੰਕ ਹੈ 1 2 3 ਤੇ ਤਿੰਨ ਜ਼ੀਰੋਆਂ ਲਗਾਤੀਆਂ ਤਾਂ 59325 ਦਾ ਹਜ਼ਾਰ ਦੇ ਵਿੱਚ ਨਿਕਟੇ ਕਰਨ ਕਿੰਨਾ ਉੱਤਰ ਆਇਆ 59000 ਇੱਕ ਉਦਾਹਰਣ ਹੋਰ ਦੇਖਦੇ ਆਪਾਂ ਜੇਕਰ ਮੈਂ ਐਸੇ ਹੀ ਸੰਖਿਆ ਨੂੰ ਲਵਾਂ ਤੇ ਬਸ ਇੱਕ ਛੋਟਾ ਜਿਹਾ ਬਦਲਾਵ ਕਰਾਂਗਾ ਇੱਥੇ ਮੈਂ 825 ਲਿਖ ਦੇਣਾ ਹਾਂ 59825 ਤੇ ਆਪਾਂ ਇਸ ਵਿੱਚ ਵੀ ਹਜ਼ਾਰ ਦਾ ਨਿਕਟੇ ਕਰਨ ਹੀ ਕਰਨਾ ਹੈ ਹਜ਼ਾਰ ਵਾਲੇ ਸਥਾਨ ਤੇ ਕੋਣ ਹੈ ਇਕਾਈ ਦਾ ਇਸ ਕਿਹੜਾ ਹਜ਼ਾਰ ਹਜ਼ਾਰ ਵਾਲੇ ਸਥਾਨ ਤੇ 9 ਹੈ ਤਾਂ ਹਜ਼ਾਰ ਵਾਲਾ ਤੋਂ ਪਿਛਲਾ ਸਥਾਨ ਕਿਹੜਾ ਹੈ ਸੈਂਕੜਾ ਇਸ ਸਥਾਨ ਨੂੰ ਦੇਖੋ ਇੱਥੇ ਦੇਖੋ ਧਿਆਨ ਨਾਲ ਵੀ ਇੱਥੇ ਕੀ ਹੈ ਆਪਾਂ ਇੱਥੇ ਆਹੀ ਲਿਖਾਂਗੇ ਇਸ ਸਥਾਨ ਨੂੰ ਦੇਖੋ ਇੱਥੇ ਕੀ ਹੈ ਇਹ 5 ਤੋਂ ਵੱਡੀ ਸੰਖਿਆ ਹੈ ਇਸ ਲਈ ਆਪਾਂ ਇਸ ਸਥਾਨ ਤੇ ਜਿਸ ਦਾ ਆਪਾਂ ਨਿਕਟੀਕਰਨ ਕਰਨਾ ਹੈ ਐਦੇ ਵਿੱਚ ਇੱਕ ਜੋੜ ਦੇਾਂਗੇ ਜਦੋਂ ਆਪਾਂ 9 ਦੇ ਵਿੱਚ ਇੱਕ ਜੋੜਾਂਗੇ ਤਾਂ ਇਹ ਬਣ ਜਾਊਗਾ 10 10 ਦੀ ਲੱਗੀ ਜ਼ੀਰੋ ਤੇ ਜਿਹੜੀ ਇਹਦੀ ਹਾਸਲ ਹੈ ਉਹ ਇਹਦੇ ਅਗਲੇ ਸਥਾਨ ਤੇ ਉੱਤੇ ਚਲੀ ਜਾਊਗੀ ਜਿਵੇਂ ਆਪਾਂ ਜੋੜ ਘਟਾਓ ਕਰਦੇ ਆਂ ਤੇ ਇਸ ਤੋਂ ਬਾਅਦ ਤੁਹਾਨੂੰ ਕੀ ਦੱਸਿਆ ਸੀ ਜੇ ਸਥਾਨ ਦਾ ਆਪਾਂ ਨਿਕਟੇ ਕਰਨ ਕਰਦੇ ਆਂ ਉਸ ਤੋਂ ਜਿਹੜੇ ਬਾਅਦ ਵਾਲੇ ਅੰਕ ਹੈ ਉਹਨਾਂ ਦੇ ਸਥਾਨ ਤੇ ਆਪਾਂ ਕੀ ਭਰ ਦਿਆਂਗੇ ਜ਼ੀਰੋ 1 2 3 3 0 ਆ ਗਈਆਂ ਤਾਂ ਦੇਖੋ ਅਜੇ ਇਹ ਆਪਣਾ ਉੱਤਰ ਨਹੀਂ ਆਇਆ ਜੇਕਰ ਤੁਸੀਂ ਕਹੋ ਕਿ ਆਪਣਾ ਉੱਤਰ 50 ਹਾਰ ਹੈ 50000 ਆਪਣਾ ਉੱਤਰ ਨਹੀਂ ਹੈ ਅਜੇ ਆਪਾਂ ਇਸ ਦੀ ਸੈਟਿੰਗ ਕਰਨੀ ਹੈ ਦੇਖੋ ਕਿਵੇਂ ਇੱਕ ਹਾਸਲ ਪਈ ਹੈ ਇੱਥੇ ਇਹਨੂੰ ਆਪਾਂ ਸੈੱਟ ਕਰਨਾ ਹੈ ਤਾਂ ਪੰਜ ਦੇ ਵਿੱਚ ਜਦੋਂ ਆਪਾਂ ਇੱਕ ਜੋੜਦੇ ਹਾਂ ਤਾਂ ਕਿੰਨਾ ਆਏਗਾ ਉੱਤਰ 6 ਤਾਂ ਉਸ ਤੋਂ ਬਾਅਦ ਜਿਹੜੀਆਂ ਜ਼ੀਰੋ ਆਪਾਂ ਲਗਾ ਦੇਾਂਗੇ ਤੇ ਆ ਲਗਾਤਾ ਕੋਮਾ ਤਾਂ ਆਨਸਰ ਕੀ ਆਇਆ 60000 59825 ਦਾ ਹਜ਼ਾਰ ਵਿੱਚ ਨਿਕਟਿਕਰਨ ਕਰਾਂਗੇ ਤਾਂ ਆਨਸਰ ਆਏਗਾ 60000 ਇੱਕ ਆਪਾਂ ਆਖਰੀ ਐਗਜ਼ਾਮਪਲ ਹੋਰ ਲੈਨੇ ਆ ਜਿਹੜੀ ਕਿ ਕਾਫੀ ਮੁਸ਼ਕਲ ਦੇ ਸਕਦੀ ਹੈ ਤੁਹਾਨੂੰ ਪਰ ਜੇਕਰ ਤੁਸੀਂ ਉਹ ਐਗਜ਼ਾਮਪਲ ਕਰ ਗਏ ਤਾਂ ਤੁਸੀਂ ਕੋਈ ਵੀ ਕੁਸਚਨ ਜਿਹੜਾ ਹੈ ਉਹ ਕਰ ਸਕਦੇ ਹੋ ਫਿਰ ਤੁਹਾਨੂੰ ਐਕਸਰਸਾਈਜ਼ ਦੇ ਵਿੱਚ ਕਿਸੇ ਕੁਸਚਨ 'ਚ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਮੈਂ ਇੱਕ ਸੰਖਿਆ ਲਿਖੀ 69999 ਤਾਂ ਮੈਂ ਜੇ ਕਹਾ ਕਿ ਇਸ ਵਿੱਚ ਦਹਾਈ ਦਾ ਨਿਕਟਿਕਰਨ ਕਰੋ ਦਹਾਈ ਸਥਾਨ ਦਾ ਨਿਕਟਿਕਰਨ ਕਰਨਾ ਆਪਾਂ ਦਹਾਈ ਸਥਾਨ ਦਾ ਤਾਂ ਦਹਾਈ ਸਥਾਨ ਤੇ ਕੌਣ ਹੈ ਦਹਾਈ ਸਥਾਨ ਤੇ ਇਕਾਈ ਦਹਾਈ ਦਹਾਈ ਸਥਾਨ ਤੇ 9 ਹੈ ਤਾਂ ਦਹਾਈ ਸਥਾਨ ਦਾ ਨਿਕਟੇਕਰਨ ਕਰ ਲਈਏ ਆਪਾਂ ਨੂੰ ਇਕਾਈ ਸਥਾਨ ਨੂੰ ਦੇਖਣਾ ਪਵੇਗਾ ਇਕਾਈ ਸਥਾਨ ਤੇ ਅਗਰ 5 ਤੋਂ ਵੱਡੀ ਸੰਖਿਆ ਹੈ ਜਾਂ 5 ਹੈ ਤਾਂ ਆਪਾਂ ਕੀ ਕਰਾਂਗੇ ਜਿਸ ਦਾ ਵੀ ਨਿਕਟੇਕਰਨ ਕਰਨਾ ਹੈ ਜਿਸ ਸਥਾਨ ਦਾ ਵੀ ਉਸ ਦੇ ਵਿੱਚ ਇੱਕ ਜੋੜ ਦੇਾਂਗੇ ਤਾਂ ਇੱਥੇ 9 ਹੈ ਤਾਂ ਆਪਾਂ ਜਦੋਂ S ਨੂੰ ਓਵੇਂ ਹੀ ਲਿਖਣਾ ਹੈ ਬਾਅਦ ਵਿੱਚ ਚੇਂਜ ਕਰਾਂਗੇ ਹੁਣ ਦੇਖੋ 9 ਹੈ 9 ਦੇ ਵਿੱਚ ਜਦੋਂ ਆਪਾਂ ਇੱਧਰ ਇੱਕ ਵਧੂਗਾ ਨਾ ਤਾਂ 9 ਦੇ ਵਿੱਚ ਜਦੋਂ ਆਪਾਂ ਇੱਕ ਜੋੜਾਂਗੇ ਤਾਂ ਇੱਥੇ ਕੀ ਆ ਜਾਊਗਾ 10 ਬਣ ਜਾਊਗਾ ਤੇ ਇਹਦੀ ਜਿਹੜੀ ਹਾਸਲ ਆ ਉਹ ਅਗਲੇ ਅੱਖਰ ਦੇ ਉੱਤੇ ਚਲੀ ਜਾਊਗੀ ਤਾਂ ਇਸ ਤੋਂ ਬਾਅਦ ਵਾਲੇ ਜਿਹੜੇ ਅੰਕ ਹੈ ਉੱਥੇ ਆਪਾਂ ਜ਼ੀਰੋ ਲਗਾਉਣੇ ਹਨ ਇਹ ਤਾਂ ਪਹਿਲਾਂ ਹੀ ਪਤਾ ਹੈ ਤੁਹਾਨੂੰ ਤਾਂ ਇਸ ਤੋਂ ਬਾਅਦ ਆਪਾਂ ਇਹਦੀ ਫਿਰ ਸੈਟਿੰਗ ਕਰਨੀ ਹੈ ਕਿਵੇਂ ਦੇਖੋ 0 0 9 ਤੇ 1 10 ਇੱਕ ਹਾਸਲ ਫਿਰ ਆ ਗਈ ਉਹ ਹਾਸਲ ਕਿੱਥੇ ਜਾਏਗੀ ਇਸ ਤੋਂ ਅਗਲੇ ਅੰਕ ਤੇ ਜਾਊਗੀ ਫਿਰ 9 ਤੇ 1 10 ਇੱਕ ਹਾਸਲ ਹੋਰ ਆ ਗਈ ਉਹ ਐਸ ਤੋਂ ਅਗਲੇ ਅੰਕ ਤੇ ਜਾਊਗੀ ਤੇ 6 ਤੇ 1 7 ਤਾਂ ਉੱਤਰ ਕੀ ਆਇਆ ਆਪਣਾ 70000 69999 ਵਿੱਚ ਜਦੋਂ ਆਪਾਂ ਦਹਾਈ ਦਾ ਨਿਕਟੇਕਰਨ ਕੀਤਾ ਤਾਂ ਆਨਸਰ ਆਪਾਂ ਨੂੰ ਮਿਲਿਆ 70000 ਤਾਂ ਇਸ ਤਰੀਕੇ ਨਾਲ ਆਪਾਂ ਨਿਕਟੇਕਰਨ ਕਰਨਾ ਜਿਹੜਾ ਹੈ ਉਹ ਬੜੀ ਆਸਾਨੀ ਨਾਲ ਸਿੱਖ ਸਕਦੇ ਹਾਂ ਤਾਂ ਇਸ ਤੋਂ ਬਾਅਦ ਜਿਹੜਾ ਆਪਣਾ ਹੋਮਵਰਕ ਰਹੇਗਾ ਉਹ ਕੀ ਰਹੇਗਾ ਦੇਖੋ ਤੁਸੀਂ ਹੋਮਵਰਕ ਐਕਸਰਸਾਈਜ਼ 1.4 ਪੇਜ ਨੰਬਰ 20 ਪੇਜ ਨੰਬਰ 20 ਦੇ ਉੱਤੇ ਐਕਸਰਸਾਈਜ਼ 1.4 ਹੈ ਜਿਸ ਨੂੰ ਕਿ ਤੁਸੀਂ ਕਾਪੀਆਂ ਦੇ ਉੱਤੇ ਆਪਣੀ ਕਾਪੀਜ਼ ਦੇ ਉੱਤੇ ਹੱਲ ਕਰਨਾ ਹੈ ਸਾਰੇ ਹੀ ਕੁਐਸਚਨ ਬੜੇ ਆਸਾਨੀ ਨਾਲ ਤੁਸੀਂ ਉਹਨਾਂ ਦੇ ਕਰ ਸਕਦੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੁਸੀਂ ਬੜੇ ਹੀ ਪਿਆਰ ਨਾਲ ਇਸ ਵੀਡੀਓ ਨੂੰ ਸੁਣਿਆ ਹੈ ਇਸ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ